हेलो गाइस, वेलकम टू द न्यू व्लॉग। आज दे व्लॉग ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਦਿਖਾਂਗੇ ਅਰਬਨ ਸਟੇਟ ਪਟਿਆਲਾ ਫੇਸ 1 ਇੱਥੇ ਕੀ ਕਰਾਇਆ ਕਰੂ ਹੈਗਾ, ਹਨਾ। ਜਿਨ੍ਹਾਂ ਨੇ ਕਈਆਂ ਨੇ ਲੋਕਾਂ ਨੇ ਇੱਥੇ ਆਉਣਾ ਹੁੰਦਾ, ਮੈਂ ਵੀ ਇੱਥੇ ਪੜ੍ਹ ਰਿਹਾ ਹੈਗਾ, ਨਾਲ ਕ੍ਰਿਕਟ ਖੇਡ ਰਿਹਾ ਹੈਗਾ, ਪਲੱਸ 1 ਕਲਾਸ 'ਚ ਮੈਂ। ਤੇ ਕਈਆਂ ਹੋਰ ਨੇ ਵੀ ਆਉਣਾ ਹੁੰਦਾ ਤੇ ਸਭ ਨੂੰ ਮੈਂ ਇੱਥੇ ਦੱਸੂਗਾ ਕੀ ਕਰਾਇਆ ਹੈਗਾ। LIG, HIG ਤੇ MIG ਕੀ ਕੁਝ ਹੁੰਦੇ ਹੈਗੇ, ਲੋ ਇਨਕਮ ਗਰੁੱਪ, ਮਿਡਲ ਇਨਕਮ ਗਰੁੱਪ, ਹਾਈ ਇਨਕਮ ਗਰੁੱਪ, 3 ਗਰੁੱਪ ਹੁੰਦੇ ਹਰ ਜਗ੍ਹਾ ਹੁੰਦੇ। ਤੇ ਇਹਨਾਂ ਬਾਰੇ ਮੈਂ ਤੁਹਾਨੂੰ ਨੌਲੇਜ ਦੇਵਾਂਗਾ। ਨੀਟ ਦੇ ਡੇ 1-2 ਸਕੂਲ ਨੇ ਵਧੀਆ, ਉਹ ਵੀ ਤੁਹਾਨੂੰ ਦਿਖਾਉਂਗਾ। ਸਾਰਾ ਕੁਝ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ। ਤੇ ਆਪਾਂ ਸ਼ੁਰੂ ਕਰਾਂਗੇ LIG ਦੇ ਵਿੱਚੋਂ। LIG ਮੈਂ ਤੁਹਾਨੂੰ ਦਿਖਾ ਰਿਹਾ ਹੂੰ। ਵੈਸੇ LIG, MIG ਤੇ HA ਦੇ ਵਿੱਚ ਇੰਨਾ ਕੋਈ ਖਾਸ ਫਰਕ ਨਹੀਂ ਹੈਗਾ। ਤੇ ਇਹਨਾਂ ਤੋਂ ਵੀ ਉੱਤੇ ਇੱਕ ਹੋਰ ਆ, ਉਹ ਮੈਂ ਤੁਹਾਨੂੰ ਵੀਡੀਓ ਦੇ ਲਾਸਟ 'ਤੇ ਦਿਖਾਉਂਗਾ। ਲਾਸਟ 'ਤੇ ਬਣੇ ਰਹੋ, ਵੀਡੀਓ ਦੇ ਪੂਰੀ ਜ਼ਰੂਰ ਦੇਖਿਓ, ਹੈ ਨਾ। ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਹੂੰ। ਵੈਸੇ ਮੈਨੂੰ ਵੀ ਇੰਨੀ ਕੋਈ ਖਾਸ ਨੌਲੇਜ ਹੈ ਨਹੀਂ ਗੀ, ਪਰ ਜਿੰਨੀ ਕੁ ਵੀ ਹੈ ਮੈਨੂੰ ਇੱਥੇ ਮਤਲਬ ਸਾਲ ਹੋਣ ਵਾਲਾ ਗਾ, 2 ਮਹੀਨੇ ਬਾਅਦ ਸਾਲ ਹੋ ਜੂ ਸਾਨੂੰ। ਤੇ ਮੈਂ ਤੁਹਾਨੂੰ ਓਨੀ ਕੁ ਨੌਲੇਜ ਤਾਂ ਪ੍ਰੋਵਾਈਡ ਕਰ ਸਕਦਾ ਹਾਂ ਕਿ ਮੈਨੂੰ ਇੱਥੇ ਕੀ ਫੈਸਿਲਿਟੀਆਂ ਮਿਲੀਆਂ, ਕੀ ਕੁਛ ਹੋਇਆ, ਸਾਰਾ ਕੁਛ ਮੈਂ ਤੁਹਾਨੂੰ ਦੱਸ ਦੂੰਗਾ। ਜਿੰਨੀ ਕੁ ਵੀ ਹੈ ਮੈਨੂੰ ਨੌਲੇਜ, ਓਨੀ ਕੁ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਕੁਛ ਗਲਤੀਆਂ ਵੀ ਹੋ ਸਕਦੀਆਂ ਨੇ, ਉਹਨਾਂ ਨੂੰ ਇਗਨੋਰ ਕਰਿਓ। ਸੋ ਲੈਟਸ ਗੋ। ਅਤੇ ਹਾਂਜੀ, ਇਹ ਨੇ ਜੀ LIG ਵਾਲੇ ਘਰ। ਇਹਨਾਂ ਦੇ ਘਰਾਂ ਵਿੱਚ ਕੀ ਹੁੰਦਾ, ਥੋੜ੍ਹੇ ਛੋਟੇ ਘਰ ਹੁੰਦੇ ਨੇ, ਥੋੜ੍ਹੇ ਭੀੜੇ ਘਰ ਹੁੰਦੇ ਨੇ, ਥੋੜ੍ਹੀ ਬਹੁਤ ਸਾਫ਼ ਸਫਾਈ ਵੀ ਘੱਟ ਹੁੰਦੀ ਹੈਗੀ। ਅਤੇ ਇਹਨਾਂ ਦੇ ਜੇ ਆਪਾਂ ਕਿਰਾਏ ਦੀ ਗੱਲ ਕਰੀਏ ਤਾਂ 4 ਤੋਂ 6 ਹਜ਼ਾਰ ਦੇ ਵਿੱਚ ਵਿੱਚ ਮਿਲ ਜਾਂਦੇ ਹੈਗੇ। ਅਤੇ ਜੇ ਤੁਹਾਨੂੰ ਸਮਾਨ ਦੇ ਨਾਲ ਲੈਣੇ ਆ ਤਾਂ ਸਮਾਨ ਦੇ ਹਿਸਾਬ ਨਾਲ ਤੁਹਾਨੂੰ ਥੋੜ੍ਹਾ ਸਸਤਾ ਵੀ ਮਿਲ ਜਾਂਦਾ ਗਾ। ਅਤੇ ਜੇ ਸਮਾਨ ਦੇ ਹਿਸਾਬ ਨਾਲ ਲੈਣੇ ਤਾਂ ਤੁਹਾਨੂੰ ਥੋੜ੍ਹਾ ਵੱਧ ਮਹਿੰਦਾ, ਪਰ ਜੇ ਤੁਸੀਂ ਨਹੀਂ ਲੈਣਾ ਸਮਾਨ ਤਾਂ ਤੁਹਾਨੂੰ ਥੋੜ੍ਹਾ ਸਸਤਾ ਵੀ ਮਿਲ ਜਾਏਗਾ। ਅਤੇ ਇਹ ਤੋਂ ਜ਼ਿਆਦਾ ਰੁਪਈਏ ਤੁਸੀਂ ਨਾ ਦਿਓ, ਇਹ ਬਹੁਤ ਸਸਤੇ ਹੁੰਦੇ ਨੇ, ਇੰਨੇ ਜ਼ਿਆਦਾ ਰੁਪਈਏ ਤਾਂ ਨਹੀਂ ਹੁੰਦੇ। ਮੈਂ ਖੁਦ 4 ਹਜ਼ਾਰ ਵਾਲੇ 'ਚ ਰਹਿਣਾ ਅਤੇ ਉਹ ਕਾਫੀ ਵਧੀਆ ਹੈ। ਅਤੇ ਇਹ ਮੰਦਰ ਵੀ ਹੈ ਕੋਲ, ਕਦੋਂ ਮਰਜ਼ੀ ਆਓ। ਇਹ ਸਿਰਫ ਇਹਨਾਂ ਵਾਸਤੇ ਨਹੀਂ ਹੈ, ਹਰ ਇੱਕ ਵਾਸਤੇ ਹੈ, LIG ਵਾਸਤੇ ਨਹੀਂ, ਹਰ ਇੱਕ ਵਾਸਤੇ ਹੈ। ਅਤੇ ਜੀ ਹੁਣ ਆਪਾਂ ਵੱਧਦੇ ਹਾਂ MIG ਵੱਲ। MIG ਵਾਲੇ ਘਰ ਕੀ ਹੁੰਦੇ ਨੇ, MIG ਵਾਲੇ ਘਰ ਹੁੰਦੇ ਨੇ ਜੋ ਇਹ ਥੋੜ੍ਹੇ ਵੱਡੇ ਹੁੰਦੇ ਨੇ, ਖੁੱਲ੍ਹੇ ਹੁੰਦੇ ਨੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੂਹਰੇ ਗਾਰਡਨ ਹੈ, ਵਧੀਆ ਚੀਜ਼ ਹੈ। ਅਤੇ ਇਹਨਾਂ ਦਾ ਕਿਰਾਇਆ ਵੀ ਥੋੜ੍ਹਾ ਵੱਧ ਹੁੰਦਾ ਗਾ। ਇਹਨਾਂ ਦੇ ਕਿਰਾਏ ਦੀ ਜੇ ਆਪਾਂ ਗੱਲ ਕਰੀਏ, ਇਹਨਾਂ ਦਾ ਕਿਰਾਇਆ ਤੁਸੀਂ 5 ਹਜ਼ਾਰ ਤੋਂ ਲੈ ਕੇ 6-7 ਹਜ਼ਾਰ ਤੱਕ ਲਗਾ ਲਓ, ਇੰਨਾ ਕੁ ਤਾਂ ਹੁੰਦਾ ਹੀ ਹੈ। ਅਤੇ ਜੇ ਸਮਾਨ ਦੇ ਨਾਲ ਲਓਗੇ ਤਾਂ ਉਹੀ ਥੋੜ੍ਹਾ ਵੱਧ ਘੱਟ ਹੋ ਜਾਂਦਾ ਗਾ, ਉਹ ਇੰਨਾ ਕੀ ਰਹਿੰਦਾ। ਅਤੇ ਵਧੀਆ ਘਰ ਹੁੰਦੇ ਨੇ ਇਹ। ਅਤੇ ਹੁਣ ਆਪਾਂ ਵੱਧਦੇ ਹਾਂਗੇ ਜੀ HIG ਵੱਲ ਨੂੰ। ਇਹ ਨੇ ਜੀ HIG ਵਾਲੇ ਘਰ। ਇਹ ਘਰ ਜੋ ਹੁੰਦੇ ਨੇ ਇਹ ਥੋੜ੍ਹੇ ਵੱਡੇ ਹੁੰਦੇ ਨੇ, ਸੋਹਣੇ ਹੁੰਦੇ ਨੇ, ਸਾਫ਼ ਸੁਥਰੇ, ਅਤੇ ਏਰੀਆ ਵੀ ਪੂਰਾ ਵਧੀਆ ਹੁੰਦਾ ਗਾ। ਏਰੀਏ ਦੀ ਜੇ ਆਪਾਂ ਗੱਲ ਕਰੀਏ ਤਾਂ ਮੂਹਰੇ ਤੁਹਾਨੂੰ ਵਧੀਆ ਗਾਰਡਨ ਮਿਲਦਾ, ਖੁੱਲ੍ਹੀ ਸੜਕਾਂ ਹੁੰਦੀਆਂ ਨੇਗੀਆਂ, ਸਾਰਾ ਕੁਝ ਹੁੰਦਾ ਇੱਥੇ। ਅਤੇ ਝੂਲੇ ਵੀ ਲੱਗੇ ਨੇ ਇੰਜੋਏ ਦੇ ਲਈ, ਇੰਜੋਏ ਲਈ ਬੈਸਟ ਹੈ। ਅਤੇ ਸਾਰਾ ਕੁਝ ਤੁਸੀਂ ਇੱਥੇ ਕਰ ਸਕਦੇ ਹੋ, ਦੌੜ ਦੂੜ ਆਪਣੀ, ਝੂਲੇ ਲੈਣੇ, ਬੱਚਿਆਂ ਨੂੰ ਇੰਜੋਏ ਕਰਾਉਣਾ, ਹੈ ਨਾ, ਸਭ ਕੁਝ। ਇਹਨਾਂ ਦੇ ਕਿਰਾਏ ਦੀ ਗੱਲ ਕਰੀਏ, ਇਹਨਾਂ ਦੇ ਕਿਰਾਇਆ 6 ਤੋਂ 8 ਹਜ਼ਾਰ ਦੇ ਵਿੱਚ ਵਿੱਚ ਹੁੰਦਾ ਗਾ, ਸਮਾਨ ਦੇ ਹਿਸਾਬ ਨਾਲ ਵੱਧ ਘੱਟ ਵੀ ਹੋ ਜਾਂਦਾ ਹੁੰਦਾ ਗਾ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਜੀ 4 ਨੰਬਰ ਵਾਲੇ ਘਰਾਂ ਵੱਲ, ਜਿਵੇਂ ਤੁਹਾਨੂੰ ਦੱਸੇ ਸੀਗੇ। ਇਹ ਘਰ ਮੈਨੂੰ ਵੀ ਨਹੀਂ ਪਤਾ ਜੀ ਕੀ ਹੁੰਦੇ ਨੇ, ਪਰ ਇਹ ਥੋੜ੍ਹੇ ਅੱਡ ਅੱਡ ਪਾਸੇ ਰੱਖੇ ਹੁੰਦੇ ਨੇ, LIG, HIG ਅਤੇ MIG ਤੋਂ ਥੋੜ੍ਹੇ ਅਲੱਗ। ਇਹ ਘਰ ਥੋੜ੍ਹੇ ਵੱਡੇ ਹੁੰਦੇ ਨੇ ਅਤੇ ਇਹਨਾਂ ਦਾ ਏਰੀਆ ਵੀ ਬਹੁਤ ਵਧੀਆ ਹੁੰਦਾ, ਸਾਫ਼ ਸੁਥਰਾ। ਅਤੇ ਮੂਹਰੇ ਇਹਨਾਂ ਦੇ ਵਧੀਆ ਗਾਰਡਨ ਹੁੰਦਾ ਗਾ, ਅਤੇ ਗਾਰਡਨ ਤੁਸੀਂ ਦੇਖ ਸਕਦੇ ਹੋ, ਗਾਰਡਨ ਕਾਫੀ ਜ਼ਿਆਦਾ ਵੱਡਾ ਗਾ। ਅਤੇ ਘਰ ਵੀ ਤੁਸੀਂ ਦੇਖੋ ਜਿਵੇਂ ਕਿ ਬਹੁਤ ਸੋਹਣੇ ਹੈਗੇ, ਸੜਕਾਂ ਵੀ ਠੀਕ ਨੇਗੀਆਂ, ਆਹ ਗੱਡੀ ਖੜ੍ਹੀ ਹੈ, ਅਤੇ ਗੱਡੀ ਮੈਂ ਗਲਤ ਕਹਿ ਗਿਆ, ਅਤੇ ਵਧੀਆ ਗਾਰਡਨ ਹੈਗਾ, ਅਤੇ ਸਾਫ਼ ਸੁਥਰਾ ਏਰੀਆ, ਮਾਹੌਲ ਹੈ ਵਧੀਆ ਪੂਰਾ, ਹੈ ਨਾ। ਅਤੇ ਬੈਕਗਰਾਉਂਡ ਵੋਇਸ ਇਗਨੋਰ ਕਰਿਓ, ਮੇਰੇ ਕੋਲ ਕਿਹੜਾ ਮਾਈਕ ਹੈ ਯਾਰ, ਮੈਂ ਤਾਂ ਹੀ ਬੋਲ ਰਿਹਾ। ਅਤੇ ਵਧੀਆ ਚੀਜ਼ਾਂ ਨੇ ਇੱਥੇ। ਇਹਨਾਂ ਦੇ ਕਿਰਾਏ ਦੀ ਜੇ ਗੱਲ ਕਰੀਏ ਆਪਾਂ, ਇਹਨਾਂ ਕਿਰਾਇਆ 8-10 ਹਜ਼ਾਰ ਰੁਪਏ ਦਾ ਹੁੰਦਾ, ਜੇ ਤੁਸੀਂ ਸਮਾਨ ਦੇ ਨਾਲ ਲਓਗੇ। ਇਹ ਤੋਂ ਘੱਟ ਤੁਹਾਨੂੰ ਨਹੀਂ ਮਿਲੇਗਾ, ਜੇ ਤੁਸੀਂ ਸਮਾਨ ਤੋਂ ਬਿਨਾਂ ਲੈਣਾ ਤਾਂ ਤੁਹਾਨੂੰ ਕਈ ਵਾਰੀ ਸਸਤਾ ਵੀ ਮਿਲ ਸਕਦਾ ਗਾ। ਇਹ ਹੈ ਜੀ ਦੁਸ਼ਹਿਰਾ ਗਰਾਊਂਡ। ਇਹ ਦੁਸ਼ਹਿਰੇ ਗਰਾਊਂਡ 'ਚ ਦੁਸ਼ਹਿਰਾ ਮਨਾਇਆ ਜਾਂਦਾ ਗਾ, ਅਤੇ ਇੱਥੇ ਬੁੱਧਵਾਰ ਨੂੰ, ਆਏ ਬੁੱਧਵਾਰ ਨੂੰ ਮੰਡੀ ਲੱਗਦੀ ਹੈਗੀ, ਜਿੱਥੇ ਸਮਾਨ ਮਿਲਦਾ ਸਸਤੇ ਤੋਂ ਸਸਤਾ, ਅਤੇ ਲੋਕ ਹਫ਼ਤੇ ਦਾ ਸਮਾਨ 1 ਦਿਨ 'ਚ ਹੀ ਲੈ ਲੈਂਦੇ ਹੈਗੇ ਇੱਥੋਂ ਦੀ। ਅਤੇ ਹੁਣ ਮੈਂ ਤੁਹਾਨੂੰ ਸਕੂਲ ਦਿਖਾਉਣਾ। ਇਹ ਹੈ ਜੀ ਅਪੋਲੋ ਪਬਲਿਕ ਸਕੂਲ। ਇਹ ਸਕੂਲ, ਵੈਸੇ ਮੈਂ ਸਕੂਲ 'ਚ ਨਹੀਂ ਹੈਗਾ, ਪਰ ਮੈਨੂੰ ਇਸ ਸਕੂਲ ਬਾਰੇ ਕਾਫੀ ਕੁਛ ਸੁਣਿਆ ਗਾ ਕਿ ਵਧੀਆ ਸਕੂਲ ਹੈਗਾ। ਅਤੇ ਇਸ ਸਕੂਲ ਵਿੱਚ ਕਾਫੀ ਸਾਰੀ ਫੈਸਿਲਿਟੀਆਂ, AC ਸਕੂਲ ਹੈ ਪਹਿਲੀ ਗੱਲ ਤਾਂ, ਅਤੇ ਹੋਸਟਲ ਵੀ ਅਵੇਲੇਬਲ ਹੈਗਾ ਬੋਇਜ਼ ਐਂਡ ਗਰਲਸ ਦੋਨਾਂ ਵਾਸਤੇ, ਵਧੀਆ ਸਕੂਲ ਹੈ। ਵੈਸੇ ਮੈਂ ਸੁਣਿਆ ਇਸ ਸਕੂਲ ਬਾਰੇ ਵਧੀਆ ਹੀ ਹੋਣਾ ਹੈਗਾ। ਅਤੇ ਹੁਣ ਮੈਂ ਤੁਹਾਨੂੰ ਬਾਜ਼ਾਰ ਦਿਖਾਉਣਾ। ਇਹ ਹੈ ਜੀ ਬਾਜ਼ਾਰ ਇੱਥੋਂ ਦਾ। ਅਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼, ਵੱਡੀ ਤੋਂ ਵੱਡੀ, ਛੋਟੀ ਤੋਂ ਛੋਟੀ, ਹਰ ਇੱਕ ਚੀਜ਼ ਮਿਲ ਜਾਏਗੀ। ਅਤੇ ਜਿਵੇਂ ਕਿ ਤੁਹਾਨੂੰ ਗਰੋਸਰੀ ਗਰੂਸਰੀ, ਗੱਡੀ ਬਾਈਕ, ਇਹਨਾਂ ਦੀ ਚੀਜ਼ਾਂ, ਸਮਾਨ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਏਗੀ। ਅਤੇ ਟਿਊਸ਼ਨਾਂ ਵਗੈਰਾ ਵੀ ਤੁਹਾਨੂੰ ਇੱਥੇ ਹੀ ਮਿਲ ਜਾਣਗੀਆਂ, ਟਿਊਸ਼ਨਾਂ ਵਗੈਰਾ ਵੀ ਇੱਥੇ ਨੇਗੀਆਂ। ਅਤੇ ਉਹ ਜਿਵੇਂ ਤੁਸੀਂ ਮੋਰ ਸ਼ੋਪ ਦੇਖ ਸਕਦੇ ਹੋ, ਇੱਥੇ ਤੁਹਾਨੂੰ ਹਰ ਇੱਕ ਗਰੋਸਰੀ ਮਿਲ ਜਾਏਗੀ। ਅਤੇ ਉਹ ਕੋਨੇ ਤੋਂ ਲੈ ਕੇ ਅਤੇ ਉਸ ਕੋਨੇ ਤੱਕ, ਦੂਰ ਦੂਰ ਤੱਕ ਦੁਕਾਨਾਂ ਹੀ ਦੁਕਾਨਾਂ ਨੇਗੀਆਂ, ਬਹੁਤ ਵਧੀਆ।
तो ये है जी इतों का गुरद्वारा की एच ए जी एम आई जी सारे लोग इत दर्शन कर आते हैं। हाँ जी तो कहे जी लगी वीडियो कमेंट करके जरूर दस्यो, काफ़ी मेहनत लगी हैगी। तो जे इस वीडियो से वधिया रिस्पोंस होगा तो मैं पार्ट टू भी बनाऊँगा जिद मैं सूँ अर्बन स्टेट फेस टू दिखाऊँगा। एक फेस वन तो बहुत छोटी है सिर्फ 20% वो 80% बड़ी है तो मतलब ये तो दो गुणी तीन गुणी बड़ी उन्होंने बनाने का पूरा एक दिन जाऊगा। इस वीडियो में बनाने मैं दो तीन घंटे लग गए हर एक लोकेशन पर जान स्कूल इतने उ तो वीडियो वधिया लगी तो लाइक कर दिओ, तो एक लाइक नाल कॉन्फिडेंस वधूगा तो शेयर कर दिओ। बहुत नॉलेज वाली वीडियो सी ये तो कर सकते हो जो फिल्म वाली नहीं कर सकते है ना, इनू तक शेयर कर ही दिओ। तो किसी भी नॉलेज मिली हो इस वीडियो तो चैनल भी सबसक्राइब कर दिओ, नहीं मिली या कुछ भी मेथों गलतियां हुई है ना तो कमेंट करके दस दिओ मैनू, मैं अगली बार तो नहीं करूँगा भाई। गलतियां तो होंदिया नहीं है तो कमेंट कर दिओ जिहे जिहा भी हैगा, तो कमेंट जरूर कर दिओ। तो थैंक यू फॉर वॉचिंग। ओके बाय।